ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਸਾਰਿਆਂ ਦਾ? ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ। ਮੇਰਾ ਨਾਮ ਹੈ ਰਵੀ ਅਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ। ਅਤੇ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਆਏ ਜੀ ਵੀਡੀਓ ਦੇ ਵਿੱਚ, ਜਿਨ੍ਹਾਂ ਵਿੱਚ ਟਰਾਲੀਆਂ ਨੇ, ਗੱਡੀਆਂ ਨੇ ਅਤੇ ਹੋਰ ਵੀ ਮਸ਼ੀਨਰੀਆਂ ਨੇ ਜੀ। ਅਤੇ ਵੀਡੀਓ ਨੂੰ ਪੂਰੀ ਦੇਖਿਓ ਜੀ ਲਾਸਟ ਤੱਕ, ਅਤੇ ਵਿਚਾਲੇ ਛੱਡ ਕੇ ਕਿਸੇ ਵੀਰ ਨੇ ਨਹੀਂ ਜਾਣਾ ਜੀ। ਅਤੇ ਸਾਰੇ ਜਿੰਨੇ ਵੀ ਟਰੈਕਟਰ, ਮਸ਼ੀਨਰੀਆਂ, ਗੱਡੀਆਂ ਜੀ, ਸਾਰਿਆਂ ਜਾਣਕਾਰੀ ਲੈ ਕੇ ਜਾਇਓ ਜੀ। ਕੀ ਪਤਾ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਹੈ ਟਰੈਕਟਰ, ਟਰਾਲੀ, ਅਤੇ ਆਪਣੀ ਆਹ ਵੀਡੀਓ ਦੇ ਵਿੱਚ ਹੋਵੇ ਅਤੇ ਤੁਸੀਂ ਖਰੀਦ ਸਕਦੇ ਹੋ ਜੀ। ਤਾਂ ਕਰਕੇ ਇਹਨਾਂ ਸਾਰੀ ਵੀਡੀਓ ਨੂੰ ਦੇਖ ਕੇ ਜਾਇਓ ਜੀ। ਅਤੇ ਹੁਣ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਨਿਊ ਹੋਲੈਂਡ 3630, 2017 ਮਾਡਲ ਹੈ ਅਤੇ 1225 ਘੰਟੇ ਚੱਲਿਆ ਜੀ। 660,000 ਡਿਮਾਂਡ ਹੈ ਜੀ। ਅਤੇ ਜੈਤੋ ਮੰਡੀ ਇਹਨਾਂ ਦਾ ਏਰੀਆ ਜੀ। 75% ਟਾਇਰਾਂ ਦੀ ਕੰਡੀਸ਼ਨ ਪਈ ਹੈ। 77103 ਅਤੇ 81001 ਇਹਨਾਂ ਦਾ ਨੰਬਰ ਹੈ। ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਦਾ ਆਹ ਨੰਬਰ ਹੈ ਜੀ। ਅਤੇ 75% ਟਾਇਰਾਂ ਦੀ ਕੰਡੀਸ਼ਨ ਪਈ ਹੈ। ਜੈਤੋ ਮੰਡੀ ਇਹਨਾਂ ਦਾ ਏਰੀਆ ਜੀ। 660,000 ਡਿਮਾਂਡ ਹੈ ਜੀ। ਅਤੇ ਵੀਰ ਨੇ ਕਿਹਾ ਐਂਪ ਨਾਲ ਨਹੀਂ ਦੇਣਾ ਜੀ, ਫੇਵਰ ਵਾਲੀ ਛੱਤਰੀ ਲੱਗੀ ਹੈ ਅਤੇ ਐਂਪ ਵੀਰ ਨੇ ਵਿੱਚ ਨਹੀਂ ਦੇਣਾ ਜੀ। ਅਤੇ ਬਾਕੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਜੀ। ਅਤੇ ਬਾਕੀ ਵੀਰ ਨੇ ਤਾਂ ਕਿਹਾ ਸੀਗਾ ਐਂਪ ਨਹੀਂ ਦੇਣਾ ਜੀ। ਅਤੇ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ, ਨਿਊ ਹੋਲੈਂਡ 3630। ਅਤੇ ਵੀਰ ਨੇ ਪੂਰਾ ਸੰਭਾਲ ਕੇ ਰੱਖਿਆ ਅਤੇ ਸ਼ੌਂਕ ਨਾਲ ਰੱਖਿਆ ਜੀ। ਅਤੇ 660,000 ਡਿਮਾਂਡ ਹੈ ਜੀ। ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਸੀਗਾ ਜੀ। ਅਤੇ ਕਿਸੇ ਵੀਰ ਨੇ ਇਸੇ ਤਰ੍ਹਾਂ ਦੀ ਐਡ ਆਪਣੇ ਚੈਨਲ 'ਤੇ ਕਰਾਉਣੀ ਹੈ ਬਿਲਕੁਲ ਫਰੀ ਦੇ ਵਿੱਚ, ਅਤੇ ਮੇਰਾ ਵਟਸਐਪ ਨੰਬਰ ਹੈ ਜੀ 76963 ਅਤੇ 29488। ਇਹਦੇ ਉੱਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ ਅਤੇ ਸਾਫ਼ ਸੁਥਰੀਆਂ ਪੂਰੀਆਂ ਅਤੇ ਚਾਰੇ ਪਾਸਿਓਂ ਅਤੇ ਵਧੀਆ ਖਿੱਚ ਕੇ ਮੈਨੂੰ ਸੈਂਡ ਕਰ ਦਿਓ ਜੀ। ਅਤੇ ਬਾਕੀ ਸਾਰੀ ਜਾਣਕਾਰੀ ਸੈਂਡ ਕਰ ਦਿਓ ਜਿਹੜੀ ਸਕਰੀਨ ਦੇ ਉੱਤੇ ਖੱਟੇ ਜਿਹੇ ਅੱਖਰਾਂ 'ਚ ਸ਼ੋ ਹੋ ਰਹੀ ਹੈ। ਅਤੇ ਜਾਣਕਾਰੀ ਸਾਰੀ ਸੈਂਡ ਕਰਿਆ ਕਰੋ ਜੀ, ਜਿੰਨੀ ਵੀ ਜਾਣਕਾਰੀ ਹੁੰਦੀ ਹੈ। ਥੋੜ੍ਹੀ ਚੀਜ਼ਾਂ ਜੀ ਕੋਈ ਜ਼ਿਆਦਾ ਹੈ ਨਹੀਂ, ਜਿਵੇਂ ਮਸ਼ੀਨਰੀ, ਮਾਡਲ ਹੋ ਗਿਆ ਜੀ, ਅਤੇ ਰੇਟ ਹੋ ਗਿਆ, ਏਰੀਆ, ਟਾਇਰਾਂ ਦੀ ਕੰਡੀਸ਼ਨ ਅਤੇ ਮੋਬਾਇਲ ਨੰਬਰ, ਆਹ 5 ਚੀਜ਼ਾਂ ਜੀ। ਅਤੇ ਇਹਨਾਂ ਨੂੰ ਵਧੀਆ ਪ੍ਰੋਪਰ ਤਰੀਕੇ ਨਾਲ, ਵਧੀਆ ਤਰੀਕੇ ਨਾਲ ਲਿਖ ਕੇ ਮੈਨੂੰ ਸੈਂਡ ਕਰ ਦਿਆ ਕਰੋ, ਅਤੇ ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ 'ਤੇ ਲਗਾ ਦਿਆਂਗੇ ਜੀ। ਅਤੇ ਐਡ ਸਾਰੇ ਵੀਰਾਂ ਦੀ ਲੱਗਦੀ ਹੁੰਦੀ ਹੈ ਜੀ, ਅਤੇ ਐਡਾਂ ਬਹੁਤ ਸਾਰੀਆਂ ਆ ਰਹੀਆਂ, ਛੇਤੀ ਤੋਂ ਛੇਤੀ ਕੱਢ ਰਹੇ ਹਾਂ ਜੀ, ਅਤੇ ਸਾਰੇ ਵੀਰਾਂ ਦੀਆਂ ਐਡਾਂ ਲੱਗ ਜਾਣਗੀਆਂ ਜੀ ਛੇਤੀ ਛੇਤੀ। ਅਤੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ, ਅਤੇ ਜਿੰਨੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਥੱਲੇ ਇੱਕ ਲਾਲ ਜਿਹੇ ਰੰਗ ਦਾ ਬਟਨ ਹੋਊਗਾ, ਉਹਨੂੰ ਦਬਾ ਦਿਓ, ਅਤੇ ਨਾਲ ਹੀ ਘੰਟੇ ਦਾ ਬਟਨ ਹੋਊਗਾ ਉਹਨੂੰ ਦਬਾ ਦਿਓ ਜੀ, ਅਤੇ ਆਪਣੇ ਚੈਨਲ ਨਾਲ ਪੱਕੇ ਤੌਰ 'ਤੇ ਜੁੜ ਜਾਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ, ਜਦੋਂ ਕੋਈ ਨਵੀਂ ਵੀਡੀਓ ਪਾਵਾਂ ਮੈਂ ਚੈਨਲ ਦੇ ਉੱਤੇ, ਅਤੇ ਜਿਹੜਾ ਉਹਦਾ ਮੈਸੇਜ ਹੈ ਵੀਡੀਓ ਦਾ, ਉਹ ਤੁਰਤ ਫਿਰ ਤੁਹਾਡੇ ਮੋਬਾਈਲ 'ਤੇ ਚਲਾ ਜਾਊਗਾ ਜੀ, ਅਤੇ ਤੁਸੀਂ ਤੁਰਤ ਫਿਰ ਵੀਡੀਓ ਨੂੰ ਦੇਖ ਸਕੋਗੇ ਜੀ। ਅਤੇ ਸਾਰੇ ਵੀਰ ਦੇਖ ਲਓ ਇੱਕ ਵਾਰੀ, ਜਿਹੜੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਅਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ। ਅਤੇ ਇੱਦਾਂ ਦੀ ਵੀਡੀਓ ਆਪਣੇ ਚੈਨਲ 'ਤੇ ਹਰ ਰੋਜ਼ ਆਉਂਦੀ ਰਹਿੰਦੀ ਹੈ, ਅਤੇ ਹਰ ਰੋਜ਼ ਵੀਡੀਓ ਨੂੰ ਦੇਖਿਆ ਕਰੋ ਜੀ, ਅਤੇ ਜੁੜੇ ਰਹੋ ਆਪਣੇ ਚੈਨਲ ਨਾਲ। ਅਤੇ ਹੁਣ ਤੁਸੀਂ ਦੇਖ ਰਹੇ ਹੋ ਫੀਗੋ ਗੱਡੀ ਜੀ, 2015 ਮਾਡਲ, 260,000 ਡਿਮਾਂਡ ਹੈ ਜੀ। ਰਾਮਪੁਰਾ ਫੂਲ ਇਹਨਾਂ ਦਾ ਏਰੀਆ, 65% ਟਾਇਰਾਂ ਦੀ ਕੰਡੀਸ਼ਨ, ਅਤੇ 98768 43446 ਇਹਨਾਂ ਦਾ ਨੰਬਰ ਹੈ। ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਖੱਟੇ ਜਿਹੇ ਅੱਖਰਾਂ 'ਚ ਸ਼ੋ ਹੋ ਰਿਹਾ ਜੀ। 2015 ਮਾਡਲ, 260,000 ਡਿਮਾਂਡ ਜੀ, ਰਾਮਪੁਰਾ ਫੂਲ ਇਹਨਾਂ ਦਾ ਏਰੀਆ। ਅਤੇ ਗੱਡੀ ਪੂਰੀ ਸਾਫ਼ ਪਈ ਹੈ ਜੀ, ਬਾਕੀ ਤੁਸੀਂ ਫੋਟੋਆਂ ਦੇਖ ਰਹੇ ਹੋ,
ਅਤੇ ਪੂਰੀ ਓਕੇ ਗੱਡੀ ਹੈ ਜੀ, ਅਤੇ ਗੱਡੀ ਦੀ ਕੰਡੀਸ਼ਨ ਪੂਰੀ ਸਾਫ਼ ਪਈ ਹੈ, ਅਤੇ ਕਿਸੇ ਪਾਸੇ ਕੋਈ ਡੈਂਟ, ਕੋਈ ਐਕਸੀਡੈਂਟ ਕੁਛ ਵੀ ਨਹੀਂ ਹੋਇਆ ਜੀ, ਪੂਰੀ ਵਧੀਆ ਗੱਡੀ ਹੈ ਜੀ। ਅਤੇ ਅੰਦਰੋਂ ਦੀ ਗੱਲ ਕਰੀਏ ਤਾਂ ਅੰਦਰੋਂ ਬਹੁਤ ਵਧੀਆ ਗੱਡੀ ਪਈ ਹੈ ਜੀ, ਅਤੇ ਮੈਟ ਦੀ ਗੱਲ ਕਰੀਏ ਮੈਟ ਬਹੁਤ ਸਾਫ਼ ਨੇ, ਸੀਟ ਕਵਰ ਬਹੁਤ ਸਾਫ਼ ਨੇ ਜੀ, ਅਤੇ ਕੋਈ ਪਾਟੇ ਪੁੱਟੇ ਜਾਂ ਇੱਦਾਂ ਦੀ ਕੋਈ ਦਿੱਕਤ ਹੈ ਨਹੀਂ ਜੀ, ਅਤੇ ਬਹੁਤ ਹੀ ਸਾਫ਼ ਗੱਡੀ ਹੈ ਜੀ, ਅਤੇ ਕਾਗਜ਼ ਪੱਤਰ ਪੂਰੇ ਓਕੇ ਹੈ, ਅਤੇ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਵੱਲੋਂ ਪੂਰੀ ਗਰੰਟੀ ਹੈ ਜੀ, ਅਤੇ ਇੰਜਨ ਦੀ ਫੁੱਲ ਗਰੰਟੀ ਹੈ ਜੀ ਵੀਰ ਵਾਲਾ, ਅਤੇ ਕੋਈ ਦਿੱਕਤ ਨਹੀਂ ਗੱਡੀ 'ਚ, ਅਤੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ। ਜਿਹੜੇ ਵੀਰ ਨੇ ਗੱਡੀ ਲੈਣੀ ਹੈ ਤਾਂ ਗੱਡੀ ਤੁਸੀਂ ਫਿਗੋ ਖਰੀਦ ਸਕਦੇ ਹੋ ਜੀ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਇੰਡੈਵਰ, ਇੰਡੈਵਰ ਗੱਡੀ ਲੈ ਕੇ ਹਾਜ਼ਰ ਹਾਂ ਜੀ, 2006 ਮਾਡਲ, 2,50,000 ਡਿਮਾਂਡ ਹੈ ਜੀ, ਫਗਵਾੜਾ ਇਹਨਾਂ ਦਾ ਏਰੀਆ ਜੀ, 70% ਟਾਇਰਾਂ ਦੀ ਕੰਡੀਸ਼ਨ ਪਈ ਹੈ, ਅਤੇ 99 140 49 738 ਇਹਨਾਂ ਦਾ ਨੰਬਰ ਹੈ। ਇੰਡੈਵਰ ਗੱਡੀ ਹੈ ਜੀ 2006 ਮਾਡਲ, 2,50,000 ਡਿਮਾਂਡ, ਅਤੇ ਫਗਵਾੜਾ ਇਹਨਾਂ ਦਾ ਏਰੀਆ, ਅਤੇ ਬਹੁਤ ਹੀ ਸੋਹਣੀ ਗੱਡੀ ਹੈ ਜੀ, ਅਤੇ ਗੱਡੀ ਨੂੰ ਫੋਟੋ ਤੁਸੀਂ ਦੇਖ ਰਹੇ ਹੋ, ਅਤੇ ਸਾਰਾ ਕੁਝ ਓਕੇ ਹੈ ਜੀ। ਅਤੇ ਥੋੜ੍ਹਾ ਜਿਹਾ ਕੰਮ ਹੈ ਜੀ ਅੱਜ ਲਈ ਇੰਨਾ ਹੀ ਜੀ, ਅਤੇ ਅੱਗੇ ਵੀਡੀਓ ਹੈਗੀ ਹੈ, ਮਤਲਬ ਸਾਰੇ ਮਸ਼ੀਨਰੀਆਂ ਹੋਰ ਵੀ ਨੇ ਅੱਗੇ, ਅਤੇ ਜਾ ਦੇਖ ਕੇ ਜ਼ਰੂਰ ਜਾਇਓ, ਅਤੇ ਥੋੜ੍ਹਾ ਜਿਹਾ ਕੰਮ ਹੈ ਜੀ ਤਾਂ ਕਰਕੇ ਮੈਨੂੰ ਛੇਤੀ ਜਾਣਾ ਪੈਣਾ, ਅਤੇ ਠੀਕ ਹੈ ਜੀ, ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ, ਅਤੇ ਵੀਡੀਓ ਨੂੰ ਸਾਰੀ ਦੇਖਿਓ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ।